ਆਇਆ ਬਚਪਨ ਤੋਂ ਹੁਣ ਦੂਰ ਬੜਾ, ਤੁਰਿਆ ਫਿਰਦਾ ਹਾਂ ਮਜਬੂਰ ਬੜਾ। ਬਾਪੂ ਤੇਰੇ ਸਿਰ ਤੇ ਜੋ ਮੌਜਾਂ ਕੀਤੀਆਂ ਉਹਦਾ ਕੋਈ ਹਿਸਾਬ ਨਹੀਂ। ਹੁਣ ਭਾਵੇਂ ਕੋਠੀਆਂ ਕਾਰਾਂ ਵਾਲੇ ਹੋ ਗਏ ਆ, ਪਰ ਪਹਿਲਾਂ ਵਰਗਾ ਸਵਾਦ ਨਹੀਂ ਬਾਪੂ, ਪਹਿਲਾਂ ਵਰਗਾ ਸਵਾਦ ਨਹੀਂ। ਬਾਪੂ ਦੀ ਘੂਰ ਤੇ ਬੇਬੇ ਦੇ ਗੁੱਸੇ ਵਿੱਚ ਬੋਲੇ ਬੋਲ ਤਿੱਖੇ ਨਹੀਂ ਖੁੰਡੇ ਹੁੰਦੇ ਸੀ। ਖੇਡਦਿਆਂ ਕਦੇ ਚਬਾਰੇ ਤੇ ਕਦੇ ਬਰਾਂਡੇ 'ਚ ਸੋ ਜਾਂਦੇ ਸੀ, ਪਰ ਜਦ ਅੱਖ ਖੁੱਲ੍ਹਦੀ ਸੀ ਤਾਂ ਬੇਬੇ ਦੀ ਝੋਲੀ ਵਿੱਚ ਹੁੰਦੇ ਸੀ। ਸਾਰੇ ਕਹਿੰਦੇ ਕਿ ਬਾਪੂ ਬੜਾ ਅੜਬੀ ਸੁਭਾਅ ਦਾ, ਮਿੱਠਾ ਨਹੀਂ ਬੋਲਦਾ। ਉਹ ਯਾਰ ਉਹ ਮਿੱਠਾ ਵੀ ਕਿਵੇਂ ਬੋਲੇ, ਉਹਨੇ ਚੱਕਣਾ ਸਭ ਤੋਂ ਕੋਈ ਲਾਭ ਨਹੀਂ। ਹੁਣ ਭਾਵੇਂ ਕੋਠੀਆਂ ਕਾਰਾਂ ਵਾਲੇ ਹੋ ਗਏ ਆ, ਪਰ ਪਹਿਲਾਂ ਵਰਗਾ ਸਵਾਦ ਨਹੀਂ, ਪਰ ਪਹਿਲਾਂ ਵਰਗਾ ਸਵਾਦ ਨਹੀਂ। ਅੱਠਵੀਂ 'ਚ ਲਿਆ ਸਪਲੈਂਡਰ ਸੀ, ਪਲੱਸ ਟੂ 'ਚ ਜਾ ਕੇ ਬੁਲਟ ਲਿਆ, ਵੱਧਦੀਆਂ ਚਾਹਵਾਂ 'ਤੇ ਜਾ ਕੇ ਲੱਗੀ ਰੋਕਣਾ। ਮੈਂ ਕਿਹਾ ਬਾਪੂ ਸਾਡੇ ਕੋਲ ਕਿਉਂ ਕਾਰ ਨਹੀਂ? ਹੁਣ ਸੋਚ ਸੋਚ ਕੇ ਕਾਲਜ 'ਚ ਪੈਂਦੇ ਹੋਲ ਜਾਏ, ਕਿਉਂਕਿ ਬਾਪੂ ਦੀਆਂ ਕੀਤੀਆਂ ਮਿਹਨਤਾਂ ਦਾ ਸਿਰ ਤੋਂ ਲੱਥਣਾ ਕਦੇ ਭਾਰ ਨਹੀਂ। ਹੁਣ ਭਾਵੇਂ ਕੋਠੀਆਂ ਕਾਰਾਂ ਵਾਲੇ ਹੋ ਗਏ ਹਾਂ, ਪਰ ਪਹਿਲਾਂ ਵਰਗਾ ਸਵਾਦ ਨਹੀਂ, ਪਰ ਪਹਿਲਾਂ ਵਰਗਾ ਸਵਾਦ ਨਹੀਂ। ਚੱਲ ਮੰਨਿਆ ਬਾਪੂ ਤੇਰੇ ਵਰਗਾ ਨਹੀਂ ਬਣ ਸਕਦਾ, ਪਰ ਯੈਸ ਪੂਰੀ ਕਰਾਵਾਂਗੇ। ਮਾਲਕ ਦੇ ਹੈ ਹੱਥ ਡੋਰ, ਆਪਣੇ ਵੱਲੋਂ ਜ਼ੋਰ ਪੂਰਾ ਲਾਵਾਂਗੇ। ਚੜ੍ਹਦੀ ਕਲਾ ਦਾ ਨਸ਼ਾ ਹੈ ਲਾਇਆ, ਇਸੇ ਕਰਕੇ ਜ਼ੁਬਾਨ ਤੇ ਲਾਈ ਸ਼ਰਾਬ ਨਹੀਂ। ਹੁਣ ਭਾਵੇਂ ਕੋਠੀਆਂ ਕਾਰਾਂ ਵਾਲੇ ਹੋ ਗਏ ਹਾਂ, ਪਰ ਪਹਿਲਾਂ ਵਰਗਾ ਸਵਾਦ ਨਹੀਂ, ਪਰ ਪਹਿਲਾਂ ਵਰਗਾ ਸਵਾਦ ਨਹੀਂ। ਮਾਂ ਬਾਪ ਦੀ ਮਾੜੀ ਤੰਦਰੁਸਤੀ ਕਰਕੇ ਨਹੀਂ, ਮਸ਼ੂਕਾਂ ਦੇ ਛੱਡ ਜਾਣ ਕਰਕੇ ਜਵਾਕਾਂ ਦੇ ਸਾਹ ਸੁੱਕਦੇ ਜਾਂਦੇ ਨੇ। ਲੋਹੜੀ ਤੋਂ ਦੋ ਦੋ ਮਹੀਨੇ ਪਹਿਲਾਂ ਸੀ ਗੁੱਡੀਆਂ ਚੜ੍ਹਾਉਂਦੇ, ਹੁਣ ਉਹ ਵੀ ਚਾਹ ਯਾਰੋ ਸਾਰਿਆਂ ਦੇ ਮੁੱਕਦੇ ਜਾਂਦੇ ਨੇ। ਸੱਚ ਸਿਆਣੇ ਕਹਿੰਦੇ ਨੇ ਕਲਯੁੱਗ ਦਾ ਟਾਈਮ ਕੋਈ ਕਿਸੇ ਦਾ ਨਹੀਂ, ਖੂਹਾਂ 'ਚੋਂ ਵੀ ਪਾਣੀ ਮੁੱਕਦੇ ਜਾਂਦੇ ਨੇ। ਬਾਕੀ ਲਿਖਣਾ ਅਤੇ ਗਾਉਣਾ ਥੋੜ੍ਹਾ ਚੰਗਾ ਲੱਗਦਾ ਹੈ, ਮੇਰਾ ਕੋਈ ਇੰਨਾ ਵੱਡਾ ਖਾਬ ਨਹੀਂ। ਹੁਣ ਭਾਵੇਂ ਕੋਠੀਆਂ ਕਾਰਾਂ ਵਾਲੇ ਹੋ ਗਏ ਹਾਂ, ਪਰ ਪਹਿਲਾਂ ਵਰਗਾ ਸਵਾਦ ਨਹੀਂ, ਪਰ ਬਾਪੂ ਪਹਿਲਾਂ ਵਰਗਾ ਸਵਾਦ ਨਹੀਂ। ਚੱਲ ਮੰਨਿਆ ਪਿਓ ਪੁੱਤ ਲਈ ਬਹੁਤ ਕੁਛ ਕਰਦਾ, ਪਰ ਤੂੰ ਮੈਨੂੰ ਇਸ ਦੁਨੀਆਂ 'ਤੇ ਲਿਆਇਆ ਨਾ, ਮੇਰੇ ਲਈ ਇੰਨੀ ਗੱਲ ਵੀ ਆਮ ਨਹੀਂ। ਰੁੱਸ ਜਾਵੇ ਭਾਵੇਂ ਜੱਗ ਸਾਰਾ, ਪਰ ਜਿਸ ਦਿਨ ਤੂੰ ਰੁੱਸ ਜਾਂਦਾ ਨਾ, ਐਂ ਲੱਗਦਾ ਜਿਵੇਂ ਪਰਛਾਵਾਂ ਵੀ ਨਾਲ ਨਹੀਂ। ਹੁਣ ਭਾਵੇਂ ਕੋਠੀਆਂ ਕਾਰਾਂ ਵਾਲੇ ਹੋ ਗਏ ਹਾਂ, ਪਰ ਪਹਿਲਾਂ ਵਰਗਾ ਸਵਾਦ ਨਹੀਂ, ਪਰ ਬਾਪੂ ਪਹਿਲਾਂ ਵਰਗਾ ਸਵਾਦ ਨਹੀਂ। ਸੋ ਜੇ ਗੱਲ ਚੰਗੀ ਲੱਗਦੀ ਤਾਂ ਪਲੀਜ਼ ਲਾਈਕ ਕਰੋ, ਕਮੈਂਟ ਕਰਕੇ ਦੱਸੋ ਕਿਵੇਂ ਲੱਗਾ, ਅਤੇ ਜਿਹੜੇ ਜਿਹੜੇ ਆਪਣੇ ਡੈਡ ਨੂੰ ਪਿਆਰ ਕਰਦੇ ਤਾਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਮੇਰਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ।